ਦੁਨੀਆ ਵਿੱਚ ਵਿਚਰਦੇ ਹੋਏ ਅਸੀਂ ਬਹੁਤ ਸਾਰੇ ਚਿਹਰਿਆਂ ਦੇ ਨਾਲ ਰੂਬਰੂ ਹੁੰਦੇ ਹਾਂ, ਅਤੇ ਅੱਜ ਇਹੋ ਜਿਹੀ ਸ਼ਖਸੀਅਤ ਨਾਲ ਮੈਂ ਮਿਲਾਉਣ ਜਾ ਰਿਹਾ ਨਾ, ਤੁਸੀਂ ਵਾਕਈ ਕਹੋਗੇ ਮਜ਼ਾ ਆ ਗਿਆ। ਅੱਜ ਮੈਂ ਮਿਲਵਾਉਣ ਜਾ ਰਿਹਾ ਵਾਂ ਜੀ ਰਵਿੰਦਰ ਰਵੀ ਜੀ ਪਟਿਆਲਾ ਦੇ ਨਾਮ ਤੋਂ। ਰਵਿੰਦਰ ਰਵੀ ਜੀ ਨੇ ਸਟੰਟਮੈਨ ਦੇ ਨਾਲ ਨਾਲ ਆਪਣੀ ਗਾਇਕੀ ਦੇ ਖੇਤਰ ਵਿੱਚ ਵੀ ਬਹੁਤ ਮੱਲਾਂ ਮਾਰੀਆਂ ਨੇ। ਆਓ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਰਵਿੰਦਰ ਰਵੀ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਮੈਂ ਤੁਹਾਡੇ ਕੋਲ ਪੁੱਛਣਾ ਚਾਹੂੰਗਾ ਸਭ ਤੋਂ ਪਹਿਲਾਂ ਸਵਾਲ ਮੇਰਾ ਕਿ ਇੱਕ ਸਟੰਟ ਬਹੁਤ ਵਧੀਆ ਸਟੰਟਮੈਨ ਦੇ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਮੁਕਾਮ ਤੁਸੀਂ ਹਾਸਿਲ ਕੀਤੇ, ਉਸਦੇ ਬਾਵਜੂਦ ਵੀ ਗਾਇਕੀ ਦੇ ਖੇਤਰ ਵਿੱਚ ਤੁਸੀਂ ਪੈੜਾ ਪਾਉਣ ਦਾ ਪਲੀਜ਼ ਮੈਨੂੰ ਕਾਰਨ ਦੱਸੋ। ਹਾਂਜੀ, ਬੜਾ ਅੱਛਾ ਸਵਾਲ ਕਰਿਆ ਤੁਸੀਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵੈਲਕਮ ਕਰਦਾ ਕਿ ਤੁਸੀਂ ਸਾਡੇ ਘਰੇ ਚਰਨ ਪਾਏ। ਗਰੀਬਾਂ ਦੀ ਝੋਪੜੀ ਨਹੀਂ ਸਰ, ਮੈਂ ਤੁਹਾਨੂੰ ਅਕਸਰ ਤੁਹਾਡੇ ਜਿਹੜੇ ਮੈਂ ਸ਼ੋਜ਼ ਆ ਮੈਂ ਦੇਖਦਾ ਰਹਿੰਦਾ ਵਾਂ। ਤੁਸੀਂ ਸਾਰਨਸ ਮੇਲੇ ਕਰਦੇ ਹੋ, ਤੁਸੀਂ ਸਰਕਾਰੀ ਮੇਲੇ ਕਰਦੇ ਹੋ, ਅਤੇ ਉਸਦੇ ਨਾਲ ਨਾਲ ਮੇਰਾ ਇੱਕ ਹੋਰ ਸਵਾਲ ਆ, ਲੇਕਿਨ ਪਲੀਜ਼ ਤੁਸੀਂ ਪਹਿਲਾਂ ਦੱਸੋ ਕਿ ਸਟੰਟਮੈਨ ਦੇ ਨਾਲ ਨਾਲ ਤੁਸੀਂ ਉਹਦੇ ਵਿੱਚ ਮਤਲਬ ਤੁਹਾਨੂੰ ਸ਼ੁਰੂ ਤੋਂ ਸ਼ੌਂਕ ਸੀ ਜਾਂ ਕਿਵੇਂ? ਹਾਂਜੀ, ਮੈਂ ਇੱਕ ਸਪੋਰਟਸਮੈਨ ਸਟੰਟਮੈਨ ਹਾਂ ਜੀ। ਇੰਡੀਆ ਦਾ ਫਸਟੈਸਟ ਵਰਲਡ ਸਟੰਟਮੈਨ ਹਾਂ। ਓਕੇ। ਇਸ ਦੀਆਂ ਤੁਸੀਂ ਵੀਡੀਓਜ਼ ਅਕਸਰ ਟੈਲੀਵਿਜ਼ਨਾਂ ਦੇ ਉੱਤੇ, ਅਖਬਾਰਾਂ ਦੇ ਉੱਤੇ, ਯੂਟਿਊਬ ਦੇ ਉੱਤੇ ਦੇਖੀਆਂ ਹੋਣਗੀਆਂ ਜੀ। ਅਤੇ ਦੋਸਤੋ, ਇਹ ਘੱਟੋ ਘੱਟ 20-25 ਸਾਲਾਂ ਤੋਂ ਮੈਂ ਕਰ ਰਿਹਾ, ਪਰ ਇਸ ਤੋਂ ਵੀ ਪਹਿਲਾਂ ਹੀ ਮੈਨੂੰ ਬਚਪਨ ਤੋਂ ਸ਼ੌਂਕ ਹੈ ਗਾਇਕੀ ਦਾ ਜੀ। ਮੈਂ ਗਾਇਕੀ ਪਹਿਲਾਂ ਸ਼ੁਰੂ ਕਰੀ ਸੀਗੀ, ਅੱਜ ਤੱਕ ਮੈਂ ਕਰਦਾ ਆ ਰਿਹਾ। ਸਟੰਟ ਦਾ 20-25 ਸਾਲਾਂ ਤੋਂ ਮੈਂ ਕਰ ਰਿਹਾ ਜੀ। ਇਸ ਦਾ ਮੈਨੂੰ ਬਹੁਤ ਸ਼ੌਂਕ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਰਨਸ ਮੇਲੇ ਦੇ ਵਿੱਚ ਮੈਨੂੰ ਦੇਖਿਆ ਜੀ ਜੀ ਬਿਲਕੁਲ ਸਰ, ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ 'ਚ ਹੋਇਆ ਸੀ ਪ੍ਰੋਗਰਾਮ। ਹਾਂਜੀ। ਅਤੇ ਇਸ ਦੇ ਨਾਲ ਕ੍ਰਾਫਟ ਮੇਲੇ ਵਗੈਰਾ ਜੋ ਹੁੰਦੇ ਨੇ ਉਹਨਾਂ ਦੇ ਵਿੱਚ ਪ੍ਰੋਗਰਾਮ ਕਰਦਾ ਮੈਂ। ਮੈਂ ਲੋਕ ਗਾਇਕ ਹਾਂ ਜੀ, ਲੋਕ ਗਾਇਕੀ ਦੇ ਪ੍ਰੋਗਰਾਮ ਕਰਦਾ ਮੈਂ। ਉਸਦੇ ਵਿੱਚ ਵੱਖਰੀਆਂ ਵੱਖਰੀਆਂ ਸਾਡੀਆਂ ਪੇਸ਼ਕਾਰੀਆਂ ਹੁੰਦੀਆਂ ਨੇ, ਜਿਸ ਤਰੀਕੇ ਦਾ ਪ੍ਰੋਗਰਾਮ ਹੈ ਉਸ ਤਰੀਕੇ ਦੀ ਮੈਂ ਪੇਸ਼ਕਾਰੀ, ਉੱਥੇ ਸਾਡਾ ਪੂਰਾ ਟਰੁੱਪ ਹੈ, ਸਾਡਾ ਪੂਰਾ ਗਰੁੱਪ ਹੈ, ਅਸੀਂ ਪੇਸ਼ ਕਰਦੇ ਹਾਂ। ਰਵਿੰਦਰ ਰਵੀ ਜੀ, ਇੱਕ ਸਵਾਲ ਹੋਰ ਰਹੂਗਾ ਤੁਹਾਡੇ ਲਈ ਕਿ ਅਕਸਰ ਤੁਸੀਂ ਆਪਾਂ ਜੇ ਪੰਜਾਬ ਲੋਕ ਗਾਇਕ ਦੀ ਗੱਲ ਕਰੀਏ ਤਾਂ ਅੱਜ ਦੀ ਗਾਇਕੀ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਪਤਾ ਨਹੀਂ ਕਿਹੜੀ ਦੁਨੀਆ ਵੱਲ ਗਾਇਕੀ ਜਾ ਰਹੀ ਹੈ, ਤੁਹਾਡਾ ਉਹਦੇ ਲਈ ਕੀ ਕਹਿਣਾ ਆ? ਦੇਖੋ, ਹਰ ਇੱਕ ਇਨਸਾਨ ਦੀ ਆਪਣੀ ਸੋਚ ਹੈ, ਹਰ ਇੱਕ ਇਨਸਾਨ ਦਾ ਆਪਣਾ ਇੱਕ ਵੱਖਰਾ ਅੰਦਾਜ਼ ਹੈ, ਹਰ ਇੱਕ ਇਨਸਾਨ ਦਾ ਆਪਣਾ ਇੱਕ ਸਟਾਈਲ ਹੈ, ਆਪਣੀ ਸੋਚ ਹੈ ਜੀ। ਅਤੇ ਮੈਂ ਦੇਖੋ, ਜੋ ਸਾਡੇ ਵੀਰ ਹੋਰ ਵੀ ਬੜੇ ਅੱਛੇ ਕਲਾਕਾਰ ਨੇ ਤਾਂ ਉਹ ਆਪੋ ਆਪਣੇ ਅੰਦਾਜ਼ ਦੇ ਵਿੱਚ ਜਿਹੜੀ ਪੇਸ਼ਕਾਰੀਆਂ ਕਰਦੇ ਨੇ, ਠੀਕ ਹੈ। ਹਰ ਇੱਕ ਦੀ ਦੇਖੋ, ਜਿੰਨੇ ਕੁ ਬੰਦਾ ਜੋ ਜਿਸ ਤਰੀਕੇ ਦੀ ਪੇਸ਼ਕਾਰੀ ਕਰ ਰਿਹਾ ਹੈ ਜੀ, ਉਸ ਤਰੀਕੇ ਨੂੰ ਪਸੰਦ ਤਾਂ ਦੁਨੀਆ ਸਭ ਕਰਦੀ ਹੈ, ਐਸੀ ਕੋਈ ਗੱਲ ਨਹੀਂ। ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਮੁੰਡੇ ਖੁੰਡੇ ਨੌਜਵਾਨ ਪਸੰਦ ਕਰਦੇ ਨੇ, ਪਰ ਸਾਡੇ ਜਿਹੜੇ ਬਜ਼ੁਰਗ ਨੇ, ਸਾਡੇ ਮਾਂ ਪਿਓ ਵੀ ਨੇ ਜਾਂ ਕੁਛ ਪੁਰਾਣੇ ਵਿਚਾਰਾਂ ਦੇ ਨੇ, ਉਹ ਕੁਛ ਹੋਰ ਤਰੀਕੇ ਦੇ ਪੁਰਾਣੇ ਲੋਕ ਗਾਇਕੀ ਨੂੰ ਪਸੰਦ ਕਰਦੇ ਨੇ। ਬੇਸਿਕਲੀ ਤਾਂ ਮੈਂ ਇਹੀ ਕਹੂੰਗਾ, ਮੈਂ ਕਿਸੇ ਨੂੰ ਮਾੜਾ ਨਹੀਂ ਕਹੂੰਗਾ ਜੀ, ਨਿੰਦੂੰਗਾ ਨਹੀਂ ਕਿ ਜਿਹੜੇ ਅੱਜ ਦੇ ਕਲਾਕਾਰ ਨੇ ਉਹ ਕਿਤੇ ਗਲਤ ਦੁਨੀਆ ਗਲਤ ਚੱਲ ਰਹੇ ਨੇ, ਮੈਂ ਨਹੀਂ ਕਹੂੰਗਾ ਕਿਸੇ ਨੂੰ ਵੀ, ਕਿਉਂਕਿ ਸਾਡੇ ਭਰਾ ਨੇ। ਬਟ ਇਹ ਮੈਂ ਇੰਨਾ ਕੁ ਜ਼ਰੂਰ ਮੈਸੇਜ ਚਾਹੂੰਗਾ ਕਿ ਜਿਹੜੀ ਨਾ ਹਥਿਆਰਾਂ ਵਗੈਰਾ ਦੀ ਗੱਲ ਹੁੰਦੀ ਹੈ, ਇਹਨਾਂ ਦੀ ਪ੍ਰਮੋਸ਼ਨ, ਤਾਂ ਇਹ ਚੀਜ਼ਾਂ ਨੇ ਜਿਹੜੀਆਂ ਇਹ ਸਾਡੇ ਅੰਦਰ ਇੱਕ ਆਵਾਜ਼ ਜਿਹਾ ਲਿਆਉਂਦੀਆਂ ਨੇ ਵੀ ਅਸੀਂ ਪਤਾ ਨਹੀਂ ਕੀ ਚੀਜ਼ ਹੈ। ਇੱਥੋਂ ਥੋੜ੍ਹੀ ਜਿਹੀ ਜਿਹੜੀ, ਤੁਸੀਂ ਤਾਂ ਸਮਝਦਾਰ ਹੁੰਦੇ ਹੋ, ਤੁਸੀਂ ਜੋ ਗੀਤ ਪੇਸ਼ ਕਰ ਰਹੇ ਹੋ ਠੀਕ ਹੈ, ਪਰ ਜਿਹੜੀ ਯੰਗ ਜਨਰੇਸ਼ਨ ਹੈ, ਸਾਡੇ ਬੱਚੇ ਨੇ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਵਾਲਾ ਹੁੰਦਾ ਹੈ, ਉਹ ਦੇਖ ਕੇ ਵਿੱਚ ਪਿੜਾਂ ਦੇ ਪਹਿਣ ਪਟਾਕੇ 12 ਬੋਰਾਂ ਦੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਠੀਕ ਜਿਹੀਆਂ ਨਹੀਂ ਹੁੰਦੀਆਂ, ਕਿਉਂਕਿ ਜਿਹੜਾ ਪੰਜਾਬੀ ਹੈ, ਪੰਜਾਬ ਸਾਡਾ ਪੰਜਾਬੀਅਤ ਨੂੰ ਦਾ ਹੈ, ਪੰਜਾਬੀਆਂ ਦਾ ਪੰਜਾਬ ਹੈ, ਇੱਥੇ ਪੰਜਾਬੀ ਮਾਂ ਬੋਲੀ ਦੀ ਪਹਿਲ ਹੈ, ਪੰਜਾਬੀ ਮਾਂ ਬੋਲੀ ਦੀ
ਨਾਮ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ ਜਿਹੜੀ ਅਸੀਂ ਆਪਣੀ ਮਾਂ ਤੋਂ ਸਿੱਖੀ, ਆਪਣੀ ਦਾਦੀ ਤੋਂ ਸਿੱਖੀ, ਆਪਣੀ ਅਸੀਂ ਨਾਨੀ ਤੋਂ ਸਿੱਖੀ ਹੈ। ਅਤੇ ਇਹ ਨਹੀਂ ਕਹਿੰਦੀ ਕਿ ਹਥਿਆਰਾਂ ਦੀ ਗੱਲ ਕਰੋ ਜਾਂ ਕੋਈ ਲੜਾਈ ਝਗੜਿਆਂ ਦੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਕਰੋ ਜਿਹਦੇ ਨਾਲ ਸਾਡੇ ਸਮਾਜ ਨੂੰ ਕੋਈ ਸੇਧ ਮਿਲਣ ਦੀ ਬਜਾਏ ਵਿਗੜੇ ਜੀ। ਤੋ ਮੈਂ ਤਾਂ ਇਹੀ ਕਹੂੰਗਾ ਕਿ ਦੋਸਤੋ ਆਵਾਜ਼ ਬੜੀ ਸੋਹਣੀ ਹੁੰਦੀ ਹੈ ਮੁੰਡਿਆਂ ਦੀ, ਨੌਜਵਾਨਾਂ ਕਲਾਕਾਰਾਂ ਦੀ, ਪਰ ਅੱਛੇ ਗੀਤ ਗਾਓ, ਵਧੀਆ ਗੀਤ ਗਾਓ, ਪਰ ਮੈਂ ਨਿੰਦੂੰਗਾ ਕਿਸੇ ਨੂੰ ਵੀ। ਜੇਕਰ ਅੱਜ ਵੀ ਆਪਾਂ ਗੱਲ ਕਰੀਏ ਤਾਂ ਵਧੇਰੇ ਲੋਕ ਜਿਹੜੇ ਨੇ ਲੋਕ ਪੰਜਾਬੀ ਗੀਤ ਨੂੰ ਬਹੁਤ ਪਸੰਦ ਕਰਦੇ ਨੇ। ਅਤੇ ਰਵਿੰਦਰ ਰਵੀ ਜੀ, ਅਗਰ ਕਿਸੇ ਨੇ ਮੈਂ ਤੁਹਾਨੂੰ ਦੇਖਿਆ ਤੁਸੀਂ ਸਰਕਾਰੀ ਮੇਲੇ ਲਗਾਉਂਦੇ ਹੋ, ਪ੍ਰੋਗਰਾਮਾਂ 'ਤੇ ਜਾਂਦੇ ਹੋ, ਅਗਰ ਪ੍ਰਾਈਵੇਟ ਪ੍ਰੋਗਰਾਮ ਕਿਸੇ ਨੇ ਕਰਵਾਉਣਾ ਹੋਵੇ ਲੋਕ ਗੀਤ ਨੂੰ ਉਹ ਬਹੁਤ ਪਿਆਰ ਕਰਦੇ ਨੇ, ਅਤੇ ਉਹਦੇ ਲਈ ਪਲੀਜ਼ ਤੁਸੀਂ ਆਪਣੇ ਵਿਚਾਰ ਦੱਸੋ। ਦੇਖੋ ਅਸੀਂ ਸਾਰਸ ਮੇਲੇ ਆਪ ਨਹੀਂ ਲਾਉਂਦੇ ਜੀ, ਸਾਰਸ ਮੇਲੇ ਤਾਂ ਸਰਕਾਰੀ ਪ੍ਰੋਗਰਾਮ ਹੁੰਦੇ ਨੇ ਇਹ, ਹਾਂਜੀ, ਗੌਰਮੈਂਟ ਦੇ ਅੰਡਰ ਹੁੰਦੇ ਨੇ ਪ੍ਰੋਗਰਾਮ। ਸਾਰਸ ਮੇਲਾ ਹੋ ਗਿਆ, ਕ੍ਰਾਫਟ ਮੇਲੇ ਹੋ ਗਏ ਜਾਂ ਹੋਰ ਸਰਕਾਰੀ ਪ੍ਰੋਗਰਾਮ, ਜਾਂ ਪੁਲਿਸ ਵਾਲੇ ਵੀ ਆਫਿਸਰਸ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਜੀ, ਆਰਮੀ ਦੇ ਪ੍ਰੋਗਰਾਮ ਹੁੰਦੇ ਨੇ। ਓਕੇ, ਇਹਨਾਂ ਪ੍ਰੋਗਰਾਮਾਂ ਦੇ ਉੱਤੇ ਸਾਹਿਲ ਜੀ ਅਕਸਰ ਸਾਨੂੰ ਬੁਲਾਇਆ ਜਾਂਦਾ ਕਿਤੇ ਕਿਤੇ, ਹਰੇਕ ਥਾਵਾਂ 'ਤੇ ਨਹੀਂ ਕਿਤੇ। ਅਤੇ ਉਹਨਾਂ ਪ੍ਰੋਗਰਾਮਾਂ ਦੇ ਉੱਤੇ ਜਿਸ ਤਰ੍ਹਾਂ ਹੁਣ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਾਰਸ ਮੇਲਾ ਹੋਇਆ ਸੀ, ਤੁਸੀਂ ਵੀ ਉੱਥੇ ਮਿਲੇ ਵੀ ਸੀਗੇ ਸਾਨੂੰ ਜੀ, ਬਿਲਕੁਲ। ਅਤੇ ਇਹਨਾਂ ਮੇਲਿਆਂ ਦੇ ਵਿੱਚ ਸਾਡੀ ਪੇਸ਼ਕਾਰੀ ਹੁੰਦੀ ਹੈ, ਫਿਰ ਅਸੀਂ ਆਪਣਾ ਪੂਰਾ ਗਰੁੱਪ ਲੈ ਕੇ ਆਉਂਦੇ ਹਾਂ, ਸਾਨੂੰ ਉੱਥੇ ਪੇਮੈਂਟ ਵੀ ਮਿਲਦੀ ਹੈ ਅਤੇ ਸਾਨੂੰ ਉੱਥੇ ਮਾਣ ਸਨਮਾਨ ਵੀ ਮਿਲਦਾ ਹੈ। ਅਤੇ ਅਸੀਂ ਆਪਣੀ ਗਾਇਕੀ ਦਾ ਜੋ ਸਾਡਾ ਹੈ ਇੱਕ ਸ਼ੌਂਕ ਹੈ, ਇੱਕ ਜਨੂੰਨ ਹੈ, ਉਸਨੂੰ ਅਸੀਂ ਆਪਣੇ ਤੁਹਾਡੇ ਵਰਗੇ ਪਿਆਰੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਹਾਂ, ਅਤੇ ਸਾਨੂੰ ਬੜਾ ਚੰਗਾ ਲੱਗਦਾ ਜੀ। ਰਵਿੰਦਰ ਜੀ, ਜੇ ਆਪਾਂ ਹੁਣੇ ਗੱਲ ਕਰ ਹੀ ਲਈ ਆ, ਆਪਾਂ ਮੇਲੇ ਦੀ, ਸਾਰਸ ਮੇਲੇ ਦੀ ਤੁਸੀਂ ਗੱਲ ਕੀਤੀ ਸੀ ਕਿ ਮੈਂ ਉੱਥੇ ਜ਼ਰੂਰ ਪਹੁੰਚਿਆ ਸੀਗਾ, ਅਤੇ ਉੱਥੇ ਤੁਹਾਡਾ ਮੈਨੂੰ ਇੱਕ ਗੀਤ ਬਹੁਤ ਵਧੀਆ ਲੱਗਿਆ ਸੀ, ਸੱਸੀ ਮੁੰਨੂ ਵਾਲਾ, ਅਤੇ ਮੈਂ ਚਾਹੂੰਗਾ ਪਲੀਜ਼ ਤੁਸੀਂ ਸਾਡੇ ਦਰਸ਼ਕਾਂ ਨੂੰ ਦੋ ਲਾਈਨਾਂ ਸੁਣਾਓ ਉਹਨਾਂ ਦੀਆਂ। ਜ਼ਰੂਰ ਸੁਣਾਊਂਗਾ ਜੀ ਮੈਂ, ਲਓ ਸੁਣੋ। ਇਹ ਗੀਤ ਮੇਰਾ ਬੜਾ ਫੇਵਰੇਟ ਗੀਤ ਹੈ ਜੀ, ਮੇਰੇ ਕਈ ਜੀ, ਮੇਰੇ ਕੋਈ ਵੀ ਕਲਾਕਾਰ ਹੁੰਦਾ ਉਸ ਬਹੁਤ ਗੀਤ ਗਾਉਂਦੇ ਨੇ ਜੀ, ਕਈ ਗੀਤ ਆਪਣੇ ਦਿਲ ਨਾਲ ਛੂਹੇ ਹੁੰਦੇ ਨੇ, ਦਿਲ ਨੂੰ ਪਸੰਦ ਹੁੰਦੇ ਨੇ, ਕਈ ਗੀਤ ਲੋਕਾਂ ਵਾਸਤੇ ਗਾਈਂਦੇ ਨੇ, ਬੇਸ਼ੱਕ ਆਪਾਂ ਨੂੰ ਬਹੁਤੇ ਨਾ ਚੰਗੇ ਜਿਹੇ ਲੱਗਣ ਦਿਲੋਂ ਜੇ, ਲੋਕਾਂ ਵਾਸਤੇ ਉਹ ਲੋਕਾਂ ਨੂੰ ਚੰਗਾ ਲੱਗਣ ਵਾਸਤੇ ਗਾਈਂਦੇ ਨੇ ਕਿ ਇਹ ਉਹਨੂੰ ਬੜਾ ਪਸੰਦ ਆਇਆ, ਇਹ ਉਹਨੂੰ ਬੜਾ ਪਸੰਦ, ਸਾਡੇ ਦੋਸਤ ਹੀ ਹੱਲਾ ਸ਼ੇਰੀ ਦਿੰਦੇ ਨੇ ਜੀ। ਪਰ ਦੋਸਤੋ ਮੈਂ ਹਮੇਸ਼ਾ ਸਾਹਿਲ ਜੀ ਲੋਕ ਗੀਤ ਹੀ ਗਾਉਂਦਾ, ਮੈਂ ਕਦੇ ਆਪਣਾ ਟਰੈਕ ਜਿਹਾ ਨਹੀਂ ਚੇਂਜ ਕਰਿਆ ਕਿ ਇਸ ਤਰ੍ਹਾਂ ਦੀ ਹਪੜਾ ਦਪੜੀ ਵਾਲੀ ਨਹੀਂ, ਤਾਂ ਮੈਂ ਲੋਕ ਗੀਤ ਨੇ ਜਿਹੜੇ ਬੇਸਿਕ ਗੀਤ ਨੇ ਉਹ ਪੇਸ਼ ਕਰਦਾ ਜੀ। ਤੁਸੀਂ ਕਿਹਾ ਸੀਗਾ ਸੱਸੀ ਪੁੰਨੂ ਗੀਤ, ਬਿਲਕੁਲ, ਇਹ ਵੀ ਮੇਰਾ ਬੜਾ ਪਿਆਰਾ ਗੀਤ ਹੈ, ਅਤੇ ਇਹ ਸਾਰਸ ਮੇਲੇ ਦੇ ਵਿੱਚ ਵੀ ਮੈਂ ਗਾਉਂ। ਅੱਛਾ, ਮਤਲਬ ਸੱਸੀ ਪੁੰਨੂ ਦੋ ਜਾਣੇ ਕੋਈ ਮੁੱਖ ਪਰ ਜ਼ਰ ਦੇਰ ਮਾਲ ਵੇ, ਹੋਏ ਵੇ ਪੁੰਨੂ ਜ਼ਾਲਮਾਂ ਦਿਲਾਂ ਦਿਆ ਮਿਹਰਮਾਂ, ਸੁੱਤੀ ਨੂੰ ਛੋੜ ਕੇ ਨਾ ਜਾਣਾ ਈ ਵੇ, ਸੁੱਤੀ ਨੂੰ ਛੋੜ ਕੇ ਨਾ ਜਾਣਾ। ਵਾਹ, ਇਹ
ਸਾਹਿਲ ਜੀ ਜਦੋਂ ਮਿਊਜ਼ਿਕ ਹੁੰਦਾ ਨਾ ਸਾਰਾ ਨਾਲ ਜੀ, ਤਬਲਾ, ਢੋਲਕੀ, ਹਰਮੋਨੀਅਮ ਵਗੈਰਾ, ਗਿਟਾਰ, ਸਾਰੇ ਇਹ ਸਾਜ਼ ਹੁੰਦੇ ਨੇ, ਅਸੀਂ ਉੱਥੇ ਤਾਂ ਸਾਰੇ ਜਿਸ ਤਰੀਕੇ ਦੀ ਸਾਨੂੰ ਪੇਮੈਂਟ ਮਿਲਣੀ ਹੁੰਦੀ ਹੈ ਉਸ ਤਰੀਕੇ ਦੇ ਅਸੀਂ ਸਾਜ਼ ਲੈ ਕੇ ਜਾਂਦੇ ਹਾਂ। ਮੈਂ ਕੋਈ ਬਹੁਤ ਵੱਡਾ ਕਲਾਕਾਰ ਨਹੀਂ ਹਾਂ ਜੀ ਸਾਹਿਲ ਜੀ, ਛੋਟਾ ਕਲਾਕਾਰ, ਕਿਉਂਕਿ ਬੇਸ਼ੱਕ ਲੋਕ ਗਾਇਕੀ ਨੂੰ ਪਸੰਦ ਕਰਦੇ ਹੈ, ਪਰ ਮੈਂ ਕਈ ਵਾਰੀ ਨਾ ਸਾਨੂੰ ਪੇਮੈਂਟ ਉਨੀ ਮਿਲੇ ਨਾ ਮਿਲੇ ਜੀ, ਪਰ ਮੈਂ ਆਪਣੀ ਜੇਬ 'ਚੋਂ ਵੀ ਕਈ ਵਾਰ ਖਰਚ ਹੋ ਜਾਣ ਕੋਈ ਚੱਕਰ ਨਹੀਂ ਮੈਨੂੰ, ਕਿਉਂਕਿ ਮੈਨੂੰ ਸ਼ੌਂਕ ਇੰਨਾ, ਮੈਨੂੰ ਜਨੂੰਨ ਇੰਨਾ, ਅਤੇ ਫਿਰ ਮੈਂ ਫੁੱਲ ਇੰਸਟਰੂਮੈਂਟਸ ਵਗੈਰਾ ਲੈ ਕੇ ਜਾਂਦਾ, ਜਿਹਦੇ ਨਾਲ ਸਾਡਾ ਇਹ ਜੋ ਮੈਂ ਗੀਤ ਤੁਹਾਡੇ ਸਾਹਮਣੇ ਦੋ ਲਾਈਨਾਂ ਪੇਸ਼ ਕਰੀਆਂ ਸੀਗੀਆਂ, ਇਹਨੂੰ ਹੋਰ ਰੰਗ ਬਣ ਜਾਂਦਾ। ਰਵਿੰਦਰ ਰਵੀ ਜੀ, ਜਿੱਦਾਂ ਅੱਜ ਦੀ ਜਨਰੇਸ਼ਨ ਲਾਈਕ ਕਰ ਰਹੀ ਆ ਗਾਇਕੀ ਨੂੰ, ਅਤੇ ਉਹਨਾਂ ਨੇ ਸਿਖਲਾਈ ਲੈਣੀ ਹੋਵੇ ਤਾਂ ਉਹਦੇ ਲਈ ਪਲੀਜ਼ ਮੈਨੂੰ ਦੱਸੋ ਕਿ ਤੁਸੀਂ ਸਿਖਲਾਈ ਵੀ ਦਿੰਦੇ ਹੋ ਔਨਲਾਈਨ ਜਾਂ ਕਿਵੇਂ? ਹਾਂਜੀ, ਅਤੇ ਸਾਹਿਲ ਜੀ, ਮੈਨੂੰ ਨਾ ਗਾਇਕੀ ਦੇ ਨਾਲ ਨਾਲ ਭੰਗੜਾ ਵੀ, ਮੈਂ ਭੰਗੜੇ ਦਾ ਵੀ ਸ਼ੌਂਕ ਹੈ। ਓਕੇ, ਸਕੂਲ ਟਾਈਮ ਤੋਂ, ਕਾਲਜ ਟਾਈਮ ਤੋਂ, ਮੈਂ ਯੂਨੀਵਰਸਿਟੀ ਟਾਈਮ ਤੋਂ ਭੰਗੜੇ ਦੇ ਵਿੱਚ ਵੀ ਅਸੀਂ ਰਹੇ ਹਾਂ। ਜਦੋਂ ਸਾਡਾ ਯੂਥ ਫੈਸਟੀਵਲ ਹੁੰਦੇ ਸੀਗੇ ਉਦੋਂ ਅਸੀਂ ਕਦੇ ਲੋਕ ਗਾਇਕੀ ਦੀ ਵਾਰ ਗਾਉਣ ਜਾਂਦੇ, ਮੈਂ ਹਮੇਸ਼ਾ ਪਰਮਾਤਮਾ ਦੇ ਆਸ਼ੀਰਵਾਦ ਨਾਲ, ਤੁਹਾਡੇ ਪਿਆਰ ਨਾਲ ਅਤੇ ਦਰਸ਼ਕਾਂ ਦੇ ਆਸ਼ੀਰਵਾਦ ਨਾਲ ਮੈਨੂੰ ਫਸਟ ਪ੍ਰਾਈਜ਼ ਹੀ ਮਿਲਦਾ ਸੀ। ਸੈਕਿੰਡ ਵਾਲਿਆਂ ਦੇ ਵਿੱਚੋਂ ਤਾਂ ਨਹੀਂ ਸੀ ਆਪਾਂ, ਫਸਟ ਮਿਲਿਆ। ਅਤੇ ਉੱਥੇ ਅਸੀਂ ਭੰਗੜੇ ਦੀ ਵੀ ਸਾਡੀ ਟੀਮ ਹੁੰਦੀ ਸੀਗੀ, ਗੌਰਮਿੰਟ ਰਤਮਨ ਕਾਲਜ ਨਾਭਾ, ਜਾਂ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਸੀ, ਅਤੇ ਅਸੀਂ ਭੰਗੜਾ ਵੀ ਸਿਖਾਉਂਦਾ ਜੀ ਮੈਂ ਅੱਜ। ਉਹ ਪਰੰਪਰਾ ਨੂੰ ਮੈਨੇ ਖਤਮ ਨਹੀਂ ਕਰਿਆ, ਮੈਂ ਬੇਸ਼ੱਕ ਹੋਰ ਕੀ ਕੰਮ ਕਰਦੇ ਹੋਵਾਂਗੇ, ਭੰਗੜਾ ਸਿਖਾਉਂਦਾ। ਮੈਂ ਗਾਇਕੀ ਜੋ ਹੈ, ਮੇਰੇ ਪੱਲੇ ਗੁਣ ਹੈ, ਉਹ ਵੀ ਮੈਂ ਸਿਖਾਉਂਦਾ, ਅਤੇ ਨਾਲ ਅਸੀਂ ਸ਼ਬਦ ਕੀਰਤਨ ਵਗੈਰਾ ਵੀ ਸਿਖਾਉਂਦੇ ਹਾਂ। ਸ਼ਬਦ ਦੀਆਂ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਵਾਂ ਜੀ। ਸਾਰੇ ਮਾਂ ਪਾਨੇ ਸਾਨੇ ਪਮਨੀ ਦਾਨੀ ਸਾਨੀ ਦਮ ਮਿੱਤਰ ਪਿਆਰੇ ਨੂੰ ਹਾਲੇ ਮੁਰੀ ਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲੀ ਮੁਰੀ ਦਾਂ ਦਾ ਕਹਿਣਾ ਯਾਰ ਦਾ ਸਾਨੂੰ ਸਤਰ ਚੰਗਾ ਯਾਰ ਦਾ ਸਾਨੂੰ ਸਤਰ ਚੰਗਾ ਪੱਠ ਕਿਹੜਿਆਂ ਦਾ ਰਹਿਣਾ। ਸਾਹਿਲ ਜੀ, ਮੈਂ ਨਾ ਦੇਖੋ ਜਿਵੇਂ ਗੀਤ ਗਾਉਂਦਾ, ਮੈਂ ਬਚਪਨ ਤੋਂ ਹੀ ਗਾਉਂਦਾ ਆ ਰਿਹਾ, ਜਿਵੇਂ ਮੈਂ ਤੁਹਾਨੂੰ ਸੁਣਾਉਣਾ, ਬੜਾ ਹੀ ਪਿਆਰਾ ਗੀਤ ਹੈ ਜੀ। ਕੱਢ ਲੈਣੀ ਜਿੰਦ ਮੇਰੀ ਏ ਮੇਰੀ ਭਾਵੇਂ ਜਾਨ ਕੱਢ ਲੈਣੀ ਜਿੰਦ ਮੇਰੀ ਏ ਭਾਈ ਬਜਰਾ ਹੌਲੇ 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 ਗਜਰਾ ਚੜਾ ਹੜਾ ਵੇ ਮੇਰੀ ਜਿੰਦ ਨੂੰ ਨਾ ਐਵੇਂ ਤਣਕ
ਇਹ ਜਿਹੜੇ ਨਾ ਆਪਾਂ ਗਾ ਰਹੇ ਹਾਂ, ਜਿਸ ਰਾਗ ਦੇ ਵਿੱਚ ਗਾ ਰਹੇ ਹਾਂ, ਇਸੇ ਰਾਗ ਦੇ ਵਿੱਚ ਵੱਖਰੇ ਵੱਖਰੇ ਗੀਤ ਹੁੰਦੇ ਨੇ। ਪੈਰਾਂ ਦੇ ਵਿੱਚ ਪੈ ਗਏ ਛਾਲੇ, ਮੈਂ ਗਾਉਂਦਾ ਗਾਉਂਦਾ ਟਰੈਕ ਚੇਂਜ ਕਰ ਦਿੰਦਾ, ਕਿਉਂਕਿ ਜਿਸ ਤਰੀਕੇ ਦਾ ਮਾਹੌਲ ਹੁੰਦਾ ਸਾਡਾ ਉਸ ਤਰੀਕੇ ਨਾਲ ਪੇਸ਼ ਕਰੀਏ। ਰਵਿੰਦਰ ਵੀ ਜੀ, ਇਹਦੇ ਨਾਲ ਨਾਲ ਮੈਂ ਜ਼ਰੂਰ ਕਹੂੰਗਾ, ਪੰਜਾਬ ਲੋਕ ਗੀਤ ਜਾਣੇ ਜਾਂਦੇ ਭੰਗੜੇ ਦੇ ਨਾਮ ਤੋਂ, ਵੀ ਨੱਚਣ ਟੱਪਣ ਵਾਲੇ ਗੀਤ ਵੀ ਮੈਨੂੰ ਸੁਣਾਓ ਪਲੀਜ਼। ਉਹ ਵੀ ਸੁਣਾਵਾਂਗੇ। ਪੈਰਾਂ ਦੇ ਵਿੱਚ ਪੈ ਗਏ ਛਾਲੇ, ਸਾਥੋਂ ਤੁਰਿਆ ਜਾਏ ਨਾ, ਤਰਸ ਸੋਹਣਾ ਖਾਏ ਨਾ, ਸੱਜਰਾ ਜੋਮਣ ਸਿਖਰ ਦੁਪਹਿਰਾ, ਤਰਸ ਸੋਹਣਾ ਖਾਏ ਨਾ, ਜਿਨਾ ਰਹਾਂ ਦੀ ਮੈਂ ਸਾਰੇ ਨਾ ਜਾਣਾ, ਜਿਨਾ ਰਹਾਂ ਦੀ ਮੈਂ ਸਾਰੇ ਨਾ ਜਾਣਾ, ਉਹਨੀ ਰਾਹੀਂ ਵੀ ਮੈਨੂੰ ਤੁਰਨਾ ਪਿਆ, ਉਹਨੀ ਰਾਹੀਂ ਵੀ ਮੈਨੂੰ ਤੁਰਨਾ ਪਿਆ। ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੇ ਜਿਉਂਦਾ ਰਹਿ ਜਾਂਦਾ, ਕਿਸ ਵਿੱਚ ਦਮ ਸੀ ਸਾਥੋਂ ਖੋਨਣ ਕਾਣਾ ਲੈ ਜਾਂਦਾ, ਮਹਾਰਾਜਾ ਰਣਜੀਤ ਸਿੰਘ ਜੇ ਜਿਉਂਦਾ ਰਹਿ ਜਾਂਦਾ, ਇਸ ਵਿੱਚ ਦਮ ਸੀ ਸਾਥੋਂ ਖੋਨਣ ਕਾਣਾ ਲੈ ਜਾਂਦਾ, ਹੌਸਲਾ ਕੋਈ ਨਾ ਕਰਦਾ ਸਾਡਾ ਮੁਲਕ ਵੰਡਾਣੇ ਦਾ, ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ। ਤੁਸੀਂ ਮੈਨੂੰ ਕਿਹਾ ਸੀ ਭੰਗੜੇ ਵਾਲਾ ਕੋਈ ਇਸ ਤਰੀਕੇ ਦਾ ਗੀਤ ਸੁਣਾਉਣ ਲੱਗ ਜੀ, ਲੰਬੀ ਤੰਦ ਹੋਵੇ ਮੈਂ ਤੱਕਲੇ ਨਹੀਂ ਪਾਉਣੀ ਆ, ਇਹ ਇਸ ਤਰ੍ਹਾਂ ਦੇ ਗੀਤ ਨੇ ਜਿਹੜੇ ਇਹ ਲੋਕ ਬੋਲੀਆਂ ਟਾਈਪ ਹੁੰਦੇ ਨੇ, ਜਦੋਂ ਜਿਵੇਂ ਅਸੀਂ ਕਿਤੇ ਆਪਣਾ ਵਿਆਹ ਸ਼ਾਦੀ ਵਗੈਰਾ ਦੇ ਵਿੱਚ ਸਾਨੂੰ ਮੌਕਾ ਮਿਲਦਾ ਕਰਦੇ ਹਾਂ ਪ੍ਰੋਗਰਾਮ ਜੀ, ਤਾਂ ਉੱਥੇ ਇਸ ਤਰ੍ਹਾਂ ਦੇ ਗੀਤ ਬਾਅਦ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ। ਇਹ ਮੇਰਾ ਆਪਣਾ ਲਿਖਿਆ ਗੀਤ ਹੈ। ਉਹ ਲੰਬੀ ਲੰਬੀ ਤੰਦ ਹੋਵੇ ਮੈਂ ਤੱਕਲੇ ਦੀ ਪਾਉਣੀ ਆ, ਲੰਬੀ ਲੰਬੀ ਤੰਦ ਹੋਵੇ ਮੈਂ ਤੱਕਲੇ ਦੀ ਪਾਉਣੀ ਆ, ਯਾਦ ਕਰਾਂ ਮੈਂ ਤੈਨੂੰ ਹਰ ਵੇਲੇ, ਤੁੰਬਾ ਵੱਜਦਾ ਸੋਹਣਿਆ, ਤੁੰਬਾ ਵੱਜਦਾ ਸੋਹਣਿਆ ਵਿੱਚ ਵੇੜੇ, ਤੁੰਬਾ ਵੱਜਦਾ ਜ਼ਾਲਮਾ ਵਿੱਚ ਵੇੜੇ, ਬਣਜਾਰਾ ਨੀ ਚੜਾਉਣੀਆਂ ਮੈਂ ਚੂੜੀਆਂ, ਦੇਖ ਭਾਬੀ ਉੱਥੇ ਕਿਵੇਂ ਖੜੀਆਂ ਨੇ ਕੁੜੀਆਂ, ਮੈਂ ਵੀ ਉਹਦੇ ਕੋਲ ਹੋ ਲੈਣਾ ਸੱਲਾ ਭਾਬੀ, ਨੀ ਜਦੋਂ ਹੋ ਬਣਜਾਰਾ, ਜਦੋਂ ਹੋ ਬਣਜਾਰਾ ਕੱਲਾ ਭਾਬੀ, ਨੀ ਜਦੋਂ ਹੋ ਬਣਜਾਰਾ ਕੱਲਾ ਭਾਬੀ, ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ, ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ, ਬਈ ਉੱਥੇ ਦੀਆਂ ਦੋ ਕੁੜੀਆਂ ਸੁਣੀ ਦੀਆਂ, ਉੱਥੇ ਦੀਆਂ ਦੋ ਕੁੜੀਆਂ ਸੁਣੀ ਦੀਆਂ, ਇੱਕ ਪਤਲੀ ਇੱਕ ਪਾਰੀ, ਹੋਏ ਪਤਲੀ ਦਾ ਤਾਂ ਵਿਆਹ ਹੋ ਗਿਆ, ਮੈਲੀ ਮੇਰੇ ਪਤਲੀ
ਦਾ ਤਾਂ ਵਿਆਹ ਹੋ ਗਿਆ, ਦੂਜੀ ਅਜੇ ਕੁਮਾਰੀ ਆਪੇ ਲੈ ਜਾਣਗੇ, ਇਹਨਾਂ ਲੁੱਕ ਪਿਆਰੀ ਆਪੇ ਲੈ ਜਾਣਗੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਇਹ ਨੇ ਜੀ ਜੀ ਹਾਂਜੀ। ਰਵਿੰਦਰ ਵੀ ਜੀ, ਤੁਹਾਡੇ ਨਾਲ ਮਿਲ ਕੇ ਵਾਕਈ ਦਿਲ ਖੁਸ਼ ਹੋ ਗਿਆ, ਔਰ ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ, ਉਹਦੇ ਲਈ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ। ਅਤੇ ਇੱਕ ਸਵਾਲ ਮੇਰਾ ਹੋਰ ਸੀ, ਉਹ ਗਾਇਕੀ ਦੇ ਨਾਲ ਨਾਲ ਸਟੰਟ ਲਾਈਨ ਦੇ ਵਾਲਾ ਸੀਗਾ ਕਿ ਸਟੰਟ ਲਾਈਨ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਅਕਸਰ ਜਦੋਂ ਬਚਪਨ ਦੇ ਵਿੱਚ ਹੁੰਦਾ ਵਾ, ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਕੀ ਕਰ ਰਹੇ ਹਾਂ। ਅਤੇ ਜਦੋਂ ਤੁਸੀਂ ਸਟਾਰਟਅਪ ਕੀਤਾ, ਕਿਵੇਂ ਕੀਤਾ, ਤੁਹਾਨੂੰ ਕਿੱਦਾਂ, ਮਤਲਬ ਕਿਹੜੀ ਕਿਹੜੀ ਇੰਜਰੀ ਦਾ ਸਾਹਮਣਾ ਕਰਨਾ ਪਿਆ, ਪਲੀਜ਼ ਤੁਸੀਂ ਹਲਕਾ ਜਿਹਾ ਮੈਨੂੰ ਦੱਸੋ। ਅਤੇ ਹੁਣ ਕਈ ਵਾਰ ਉਹ ਗੱਲ ਆ ਜਾਂਦੀ ਹੈ, ਨਾ ਛੇੜ ਤੂੰ ਮੇਰੇ ਜ਼ਖਮਾਂ ਨੂੰ, ਕਿਉਂਕਿ ਸਟੰਟ ਦੀ ਲਾਈਨ ਹੈ ਜਿਹੜੀ, ਇਹਦੇ ਵਿੱਚ ਮੈਂ ਇੰਨੀਆਂ ਮੇਰੀਆਂ ਵੀਡੀਓਜ਼ ਬਣਾਈਆਂ, ਲੋਕਾਂ ਨੇ ਇੰਨੀ ਇੰਟਰਵਿਊਜ਼ ਵਗੈਰਾ ਹੋਈਆਂ, ਅਤੇ ਹੁਣ ਮੈਨੂੰ ਨਫ਼ਰਤ ਜੀ ਹੋ ਗਈ ਜੀ। ਤੁਸੀਂ ਜਿਹੜਾ ਕੁਸ਼ਚਨ ਪੁੱਛਿਆ, ਚਲੋ ਤੁਹਾਨੂੰ ਜ਼ਰੂਰ ਜਵਾਬ ਦਿੰਦੇ ਹਾਂ ਜੀ, ਕਿਉਂਕਿ ਹੁਣ ਗਾਇਕੀ ਕਰਨੀ ਮੇਰਾ ਜ਼ਿਆਦਾ ਧਿਆਨ ਹੋ ਗਿਆ। ਪਿੱਛੇ ਜੇ ਮੇਰੀ ਜੀ ਕੁਛ ਦਿਨ ਪਹਿਲਾਂ ਸਾਹਿਲ ਜੀ ਵੀਡੀਓ ਵੀ ਆਈ ਸੀਗੀ ਚੈਨਲ ਤੋਂ, ਜਿਸ ਦੇ ਵਿੱਚ ਨਾ ਮੇਰੀ ਲੋਕ ਹੀ ਮੈਨੂੰ ਕਹਿੰਦੇ ਰਹਿੰਦੇ ਨੇ ਅਕਸਰ ਕਿ ਤੁਹਾਨੂੰ ਕੋਈ ਜੋਬ ਮਿਲੀ ਜੋ ਸਟੰਟ ਵਗੈਰਾ ਕਰਦੇ ਹੋ ਤੁਸੀਂ ਜੀ। ਤਾਂ ਇਸ ਬੇਸ ਦੇ ਉੱਤੇ ਬੇਸਿਕਲੀ ਤਾਂ ਮੈਂ ਤੁਹਾਨੂੰ ਦੱਸਾਂ ਇਮਾਨਦਾਰੀ ਨਾਲ ਕਿ ਮੈਂ ਇਹ ਜੋ ਕਰਦਾ ਸੀ, ਇਹ ਕੋਈ ਜੋਬ ਵਾਸਤੇ ਨਹੀਂ ਕਰਦਾ ਸੀ ਸਟੰਟ, ਇਹ ਮੈਂ ਸ਼ੌਂਕ ਸੀਗਾ ਬਿਲਕੁਲ, ਇਹ ਮੇਰਾ ਕੋਈ ਮਜ਼ਬੂਰੀ ਨਹੀਂ ਸੀ, ਸ਼ੌਂਕ ਸੀ ਮੇਰਾ, ਪੈਸ਼ਨ ਸੀ, ਅਤੇ ਫਿਰ ਮੇਰਾ ਪ੍ਰੋਫੈਸ਼ਨ ਵੀ ਬਣ ਗਿਆ। ਜਦੋਂ ਸਾਨੂੰ ਕਿਤੇ ਪ੍ਰੋਗਰਾਮਾਂ 'ਤੇ ਬੁਲਾਉਂਦੇ ਤਾਂ ਮੈਂ ਉੱਥੇ ਸਟੰਟ ਵਗੈਰਾ, ਅਸੀਂ ਸ਼ੋਆਂ 'ਤੇ ਜਾਂਦੇ, 26 ਜਨਵਰੀ 15 ਅਗਸਤ ਦੀ ਅਸੀਂ ਅਕਸਰ ਸ਼ਾਨ ਹੀ ਰਹੇ ਹਾਂ, ਵਧੀਆ ਨਾਮ ਕਮਾਇਆ, ਰਵਿੰਦਰ ਰਵੀ, ਰਵੀ ਪਟਿਆਲਾ ਦੇ ਨਾਮ ਨਾਲ ਮਸ਼ਹੂਰ ਹੋ ਗਿਆ, ਬਹੁਤ ਕਈ ਦੁਬਾਰੇ ਸ਼ੋਹਰਤ ਜਿੱਥੇ ਬਣੀਆਂ ਹੋਈਆਂ ਨੇ ਦੁਬਾਰਾ, ਮਸ਼ਹੂਰ ਲੋਕਾਂ ਦੀਆਂ ਫੋਟੋਆਂ ਲੱਗੀਆਂ ਹਨ ਉੱਥੇ, ਮੇਰੀ ਵੀ ਫੋਟੋ ਲੱਗੀ ਹੋਈ ਹੈ ਜੀ, ਅਤੇ ਬਾਅਦ 'ਚ ਹੋ ਸਕੂਗਾ ਉਹ ਫੋਟੋ ਵੀ ਤੁਹਾਨੂੰ ਕੈਮਰੇ 'ਚ ਕੈਦ ਕਰਾਵਾਂਗੇ, ਉਸ ਤਰੀਕੇ ਦੀ ਫੋਟੋ ਮੇਰੀ ਲੱਗੀ ਹੋਈ ਹੈ ਕਈ ਥਾਵਾਂ ਦੇ ਉੱਤੇ। ਅਤੇ ਇਸ ਦੇ ਵਿੱਚ ਮੈਨੇ ਪੈਸਾ ਤਾਂ ਇੰਨਾ ਨਹੀਂ ਕਮਾਇਆ, ਇੱਕ ਨਾਮ ਕਮਾਇਆ। ਅਤੇ ਤੁਸੀਂ ਸੱਟਮ ਦੀ ਗੱਲ ਕਰੀ ਸੀਗੀ ਜੀ, ਅਸਲ ਦੇ ਵਿੱਚ ਜੀ ਡਰ ਕੇ ਆ ਗਈ ਜੀਤ ਹੈ, ਕੋਈ ਬੰਦਾ ਇਸ ਤਰੀਕੇ ਦੀ ਬਰੇਵਰੀ ਵਾਲੀ ਗੱਲ ਹੈ ਕਿ 80 ਤੋਂ ਲੈ ਕੇ 100 ਦੀ ਸਪੀਡ ਦੇ ਉੱਤੇ ਮੈਂ ਖੜ੍ਹਾ ਹੋ ਕੇ ਚਲਾਉਣਾ ਸਟੈਂਟ ਕਰਦਾ ਜੀ, ਇਹ ਸੱਟਾਂ ਦਾ ਹੀ ਘਰ ਹੈ, ਮੌਤ ਦਾ ਖੇਡ ਹੈ ਜੀ। ਕਈ ਵਾਰ ਅਖਬਾਰਾਂ ਦੇ ਵਿੱਚ ਆਇਆ ਕਿ ਮੌਤ ਨੂੰ ਮਖੌਲਾਂ ਕਰਨ ਵਾਲਾ ਸਟੰਟਮੈਨ, ਤਾਂ ਬਿਲਕੁਲ ਸਹੀ ਹੈ, ਮੌਤ ਨੂੰ ਮਖੌਲਾਂ ਅਸੀਂ ਕਰਦੇ ਹਾਂ। ਅਤੇ ਮੈਂ ਪਹਿਲਾਂ ਮੇਰੇ 60 ਵਜੇ ਐਕਸੀਡੈਂਟ ਹੋ ਗਿਆ, ਐਕਸੀਡੈਂਟ ਤੋਂ ਬਾਅਦ ਹੀ ਮੈਂ ਸਟੰਟਮੈਨ ਬਣਿਆ, ਫਿਰ ਉਹ ਮੇਰੀ ਸ਼ੁਰੂਆਤ ਹੋਈ, ਉੱਥੋਂ ਮੈਂ ਗਾਉਂਦਾ। ਬਿਲਕੁਲ, ਮੈਂ ਤੁਹਾਡੀ ਅਕਸਰ ਇੱਕ ਹੈਡਲਾਈਨ ਬਹੁਤ ਮਸ਼ਹੂਰ ਆ ਜਿਹੜੀ ਮੈਂ ਪੜ੍ਹੀ ਸੀ ਕਿ ਹਵਾਵਾਂ ਨੂੰ ਮਤਲਬ ਚੈਲੇਂਜ ਕਰਨਾ ਜੀ, ਵਾਕਈ। ਅਤੇ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਇੰਨਾ ਤੁਸੀਂ ਪਿਆਰ ਦਿੰਦੇ ਹੋ, ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ। ਡਾਊਨ ਅਰਥ ਭਾਅ ਜੀ ਨੇ ਬਿਲਕੁਲ, ਤੁਸੀਂ ਆਪਣਾ ਸਮਾਂ ਕੱਢ ਕੇ ਜ਼ਰੂਰ ਭਾਅ ਜੀ ਕੋ ਆਓ। ਅਤੇ ਉਸਦੇ ਨਾਲ ਨਾਲ ਇੱਕ ਹੋਰ ਗੱਲ ਕਿ ਤੁਸੀਂ ਅਗਰ ਖੁਦ ਟੀਚਿੰਗ ਲੈਣਾ ਚਾਹੁੰਦੇ ਹੋ, ਸਿਖਲਾਈ ਲੈਣਾ ਚਾਹੁੰਦੇ ਹੋ ਗਾਇਕੀ ਦੀ, ਲੋਕ ਗੀਤ ਨੂੰ ਜਿਹੜਾ ਪਿਆਰ ਕਰਦੇ ਨੇ, ਤੁਸੀਂ ਪਲੀਜ਼ ਇੱਕ ਵਾਰ ਇੱਥੇ ਕੰਟੈਕਟ ਕਰੋ। ਅਤੇ ਉਹਦੇ ਨਾਲ ਨਾਲ ਜੇ ਤੁਸੀਂ ਆਪਣੇ ਪ੍ਰੋਗਰਾਮ ਕਰਵਾਉਣਾ ਚਾਹੁੰਦੇ ਹੋ ਰਵਿੰਦਰ ਰਵੀ ਜੀ ਨਾਲ, ਜ਼ਰੂਰ ਕੰਟੈਕਟ ਕਰੋ, ਕਿਉਂਕਿ ਮੈਂ ਵੀ ਅਕਸਰ ਕਿਸੇ ਖੁਸ਼ੀ ਦੇ ਮੌਕੇ 'ਤੇ ਜ਼ਰੂਰ ਰਵਿੰਦਰ ਰਵੀ ਜੀ ਤੁਹਾਨੂੰ ਬੁਲਾਵਾ ਦੇਵਾਂਗਾ, ਸੱਦਾ ਦਊਂਗਾ, ਤੁਸੀਂ ਪਲੀਜ਼ ਇੱਥੇ ਰੂਬਰੂ ਹੋਇਓ। ਮੈਨੂੰ ਬਹੁਤ ਖੁਸ਼ੀ ਹੋਈ ਸਾਹਿਲ ਜੀ ਤੁਸੀਂ ਆਏ, ਅਤੇ ਸਾਡੇ ਅੱਜ ਕੈਮਰਾਮੈਨ ਨੇ ਮੈਡਮ ਸ਼ਿਵਨੋ ਕੀ ਇਹਨਾਂ ਦਾ, ਐਸ਼ਵਰਿਆ ਜੀ, ਐਸ਼ਵਰਿਆ ਰਾਏ ਜੀ, ਹਾਂ ਬਿਲਕੁਲ, ਆਪਾਂ ਦੋਸਤੋ ਇੱਥੇ ਤਾਂ ਫਿਰ ਕਲਰ ਥੋੜ੍ਹੇ ਮਾਣ ਮਹਿਸੂਸ ਕਰਦੇ ਹਾਂ ਜੀ ਕਿ ਵੱਡੇ ਵੱਡੇ
ਲੋਕ ਨੇ ਜੋ ਮੇਰੇ ਇੱਥੇ ਆ ਕੇ ਇੱਕ ਨਾ ਚੀਜ਼ ਦੇ ਆ ਕੇ ਇੰਟਰਵਿਊ ਕਰੀ, ਇਹਨਾਂ ਨੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ, ਬੜੀ ਖੁਸ਼ੀ ਹੋਈ ਕਿ ਐਸ਼ਵਰੀਆ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ, ਸਾਹਿਲ ਜੀ ਦਾ, ਸਾਡੇ ਪਿਆਰੇ ਵੀਰ ਅਤੇ ਉਹ ਗੁੜੀਆ ਰਾਣੀ ਦਾ ਜਿਨ੍ਹਾਂ ਨੇ ਸਾਨੂੰ ਮਾਣ ਦਿੱਤਾ, ਆਪਣੇ ਕੈਮਰੇ ਦੇ ਵਿੱਚ ਕੈਦ ਕਰਿਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਮੈਂ ਇਹੀ ਆਖਰ ਦੇ ਵਿੱਚ ਇੱਕ ਮੈਸੇਜ ਚਾਹੂੰਗਾ ਕਿ ਇਹ ਚੈਨਲ ਪਰਮਾਤਮਾ ਕਰੇ ਚੜ੍ਹਦੀ ਕਲਾ ਦੇ ਵਿੱਚ ਰਹੇ ਅਤੇ ਦਿਨ ਦੁੱਗਣੀ ਰੋਜ਼ ਚੌਗਣੀ ਰਾਤ ਚੌਗਣੀ ਤਰੱਕੀ ਕਰਨ ਅਤੇ ਹੋਰ ਵੀ ਖੁਸ਼ੀਆਂ ਖੇੜੇ ਮਾਣਨ, ਤਰੱਕੀਆਂ ਕਰਨ, ਜਵਾਨੀਆਂ ਮਾਣਨ ਅਤੇ ਸਾਡੇ ਵਰਗੇ ਨਾ ਚੀਜ਼ ਲੋਕਾਂ ਨੂੰ ਪਹਿਚਾਣਦੇ ਰਹਿਣ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਨਿਨ ਕਮਲੀ ਹੈ ਨਿਨ ਕਮਲੀ ਯਾਰ ਦੇ ਕਮਲੀ ਹੈ ਨਿਨ ਕਮਲੀ ਨਿਮ 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 ਕਮਲੀ ਕਮਲੀ ਹੈ ਨਿਮ ਕਮਲੀ ਯਾਰ ਦੇ ਕਮਲੀ ਹੈ ਨਿਮ ਕਮਲੀ ਯਾਰ ਦੇ ਕਮਲੀ ਨਿਮ ਕਮਲੀ ਕਮਲੀ ਨਿਮ ਕਮਲੀ ਯਾਰ